ਸਰ ਜੋ ਅੱਜ ਕੰਪੀਟੀਸ਼ਨ ਕਰਵਾਏ ਗਏ ਨੇ ਜੀ, ਪਹਿਲਾਂ ਤਾਂ ਇਹਦੇ ਬਾਰੇ ਜਾਣਨਾ ਚਾਹਾਂਗੇ ਜੋ ਤੁਸੀਂ ਕਿਸ ਮਕਸਦ ਦੇ ਨਾਲ ਇਹ ਕੰਪੀਟੀਸ਼ਨ ਕਰਵਾਇਆ ਗਿਆ, ਕੀ ਰੀਜ਼ਨ ਹੈ ਇਹਦੇ ਪਿੱਛੇ? ਜਿਵੇਂ ਕਿ ਤੁਹਾਨੂੰ ਪਤਾ ਹੀ ਹੈਗਾ ਕਿ ਇੰਡੀਅਨ ਗੌਰਮੈਂਟ ਸਪੋਰਟਸ ਦੇ ਉੱਪਰ ਕਾਫੀ ਫੋਕਸ ਕਰ ਰਹੀ ਹੈ, ਅਤੇ ਪਿਛਲੇ ਕੁਛ ਸਾਲਾਂ ਦੇ ਵਿੱਚ ਪਹਿਲੇ ਲੋਕ ਸਿਰਫ ਕ੍ਰਿਕਟ ਨੂੰ ਦੇਖਦੇ ਸੀ ਜ਼ਿਆਦਾ, ਅਤੇ ਕ੍ਰਿਕਟ ਦੇ ਵਿੱਚ ਜ਼ਿਆਦਾ ਇੰਟਰਸਟ ਦਿਖਾਉਂਦੇ ਸੀਗੇ, ਬਟ ਹੁਣ ਬਹੁਤ ਸਾਰੀ ਗੇਮਾਂ ਜਿਹੜੀ ਓਲੰਪਿਕਸ ਆਉਣ ਤੋਂ ਬਾਅਦ ਬਹੁਤ ਸਾਰੀ ਗੇਮਾਂ ਦੇ ਵਿੱਚ ਸਾਡੇ ਜਿਹੜੇ ਪਲੇਅਰ ਹੈਗੇ ਨੇ ਉਹ ਪਾਰਟੀਸਪੇਟ ਕਰ ਰਹੇ ਨੇ, ਅਤੇ ਜੇ ਆਪਾਂ ਲਾਸਟ ਓਲੰਪਿਕ ਦੀ ਗੱਲ ਕਰਦੇ ਹਾਂ 2020 ਦੇ ਵਿੱਚ ਆਪਾਂ ਗੋਲਡ, ਬ੍ਰੋਂਜ਼ ਅਤੇ ਸਿਲਵਰ ਬਹੁਤ ਸਾਰੇ ਮੈਡਲ ਸਾਡੇ ਪਲੇਅਰ ਲੈ ਕੇ ਆਏ ਨੇ, ਅਤੇ ਇਸ ਵਾਰੀ ਵੀ ਸਾਡੀ ਜਿਹੜੀ ਜੇ ਪਲੇਅਰ ਹੈਗੇ ਨੇ ਜਿਹੜੇ ਬਹੁਤ ਵਧੀਆ ਖੇਡ ਰਹੇ ਨੇ, ਅਤੇ ਉਹਨਾਂ ਨੇ ਮੈਡਲ ਦੀ ਸ਼ੁਰੂਆਤ ਕਰਤੀ ਹੈ, ਮਨੂ ਭਾਕਰ 2 ਬ੍ਰੋਂਜ਼ ਲੈ ਕੇ ਆਏ ਨੇ, ਅਤੇ ਬਾਕੀ ਸਾਡਾ ਏਜੰਡਾ ਹੈਗਾ ਕਿ ਅਸੀਂ ਵੀ ਚਾਹੁੰਦੇ ਹਾਂ ਕਿ ਅਸੀਂ ਆਪਣੇ ਗੇਮਸ ਨੂੰ ਹੋਰ ਜ਼ਿਆਦਾ ਪ੍ਰਮੋਟ ਕਰੀਏ। ਜਿਹੜਾ ਸਾਡਾ ਸਪੋਰਟਸ 18 ਹੈ, ਸਪੋਰਟਸ 18 ਦੇ ਸਾਡੇ 3 ਚੈਨਲ ਹੈਗੇ ਨੇ ਜਿਹੜੇ ਕਿ ਫਾਸਟਵੇ ਦੇ 471, 472, 473 ਤਿੰਨ ਜਿਹੜੇ ਇਹਨਾਂ ਦੇ ਚੱਲਦੇ ਪਏ ਨੇ, ਉੱਥੇ 3 ਜਗ੍ਹਾ 'ਤੇ ਚੱਲਦੇ ਪਏ ਨੇ, ਅਤੇ ਤੁਸੀਂ ਜਿਹੜਾ ਪੈਰਿਸ ਦੇ ਵਿੱਚ ਜੋ ਵੀ ਟੈਲੀਕਾਸਟ ਹੋ ਰਿਹਾ ਸਾਰੇ 3 ਚੈਨਲਾਂ ਦੇ ਵਿੱਚ ਫਾਸਟਵੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ। ਅਤੇ ਇਸ ਤੋਂ ਇਲਾਵਾ ਬਾਕੀ ਮੈਂ ਫਾਸਟਵੇ ਦੀ ਮੈਨੇਜਮੈਂਟ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਜਿਹੜਾ ਇਵੈਂਟ ਹੈ ਸਕਸੈਸਫੁਲ ਹੋਇਆ ਹੈ, ਅਤੇ ਡੇਲੀ ਪੋਸਟ ਦਾ ਵੀ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਕਰਦਾ ਜਿਨ੍ਹਾਂ ਨੇ ਆਪਣਾ ਕੀਮਤੀ ਟਾਈਮ ਕੱਢ ਕੇ ਸਾਨੂੰ ਕੈਪਚਰ ਕੀਤਾ ਹੈਗਾ, ਅਤੇ ਬਾਕੀ ਜਿੰਨੇ ਵੀ ਇੱਥੇ ਪਾਰਟੀਸਪੈਂਟ ਨੇ ਜਿਹੜੇ ਵਿਨਰਸ ਨੇ ਉਹਨਾਂ ਨੂੰ ਮੈਂ ਬਹੁਤ ਬਹੁਤ ਵਧਾਈਆਂ ਦਿੰਦਾ। ਉਹਨਾਂ ਨੇ ਆਪਣੇ ਬਹੁਤ ਹੀ ਹਾਰਡਵਰਕ ਦੇ ਨਾਲ ਸਮਝੋ ਜਾਂ ਬਹੁਤ ਹੀ ਮੋਟੀਵੇਟ ਹੋ ਕੇ ਪਾਰਟੀਸਪੇਟ ਕੀਤਾ ਉਹਨਾਂ ਨੇ, ਅਤੇ ਇਨਾਮ ਜਿੱਤੇ ਨੇ ਬਹੁਤ ਸਾਰੇ, ਬਹੁਤ ਸਾਰੇ ਇਨਾਮ ਜਿੱਤੇ ਨੇ, ਅਤੇ ਉਹਨਾਂ ਸਾਰਿਆਂ ਨੂੰ ਮੈਂ ਵਧਾਈਆਂ ਦੇਣਾ ਚਾਹਾਂਗਾ, ਅਤੇ ਬਾਕੀ ਇਹੀ ਕਹਾਂਗਾ ਕਿ ਸਾਰੇ ਜਣੇ ਗੇਮਸ ਦੇ ਵਿੱਚ ਪਾਰਟੀਸਪੇਟ ਕਰਨ ਅਤੇ ਇੰਜੋਏ ਕਰਨ। ਜੇਕਰ ਆਫਿਸ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਦੇਖਦੇ ਆਫਿਸ ਦੇ ਵਿੱਚ ਬੜਾ ਬਿਜੀ ਸ਼ਡਿਊਲ ਹੁੰਦਾ ਹਰ ਇੱਕ ਦਾ, ਪਰ ਇਸ ਤਰੀਕੇ ਦੀ ਜਦੋਂ ਗੇਮਸ ਹੁੰਦੀਆਂ ਨੇ ਤਾਂ ਇੱਕ ਮਾਈਂਡ ਵੀ ਡਾਇਵਰਟ ਹੁੰਦਾ, ਤੁਸੀਂ ਕਿੰਨਾ ਕੁ ਜ਼ਰੂਰੀ ਸਮਝੋ ਕਿ ਕਿਸੇ ਆਫਿਸ ਦੇ ਵਿੱਚ ਆ ਕੇ ਇਸ ਤਰੀਕੇ ਦੀਆਂ ਜਿਹੜੀਆਂ ਗੇਮਸ ਅਗਰ ਕਰਵਾਈਆਂ ਜਾਂਦੀਆਂ ਤਾਂ ਕਿੰਨਾ ਕੁ ਚੰਗਾ ਰਹੋ? ਦੇਖੋ ਐਕਚੁਅਲੀ ਕਿ ਆਫਿਸ ਟਾਈਮਿੰਗ ਦੇ ਵਿੱਚ ਓਬੀਅਸਲੀ ਬੰਦੇ ਬਿਜ਼ੀ ਹੁੰਦੇ ਨੇ ਅਤੇ ਟਾਈਮ ਕੱਢਣਾ ਬੜਾ ਮੁਸ਼ਕਲ ਹੁੰਦਾ ਹੈ, ਬਟ ਜਦੋਂ ਆਪਾਂ ਗੇਮਸ ਵਿੱਚ ਪਾਰਟੀਸਪੇਟ ਕਰਦੇ ਹਾਂ ਅਤੇ ਉਹਦਾ ਆਪਾਂ ਨੂੰ ਇੱਕ ਬਹੁਤ ਵੱਡਾ ਬੈਨੀਫਿਟ ਇਹ ਮਿਲਦਾ ਕਿ ਸਾਡੀ ਜਿਹੜੀ ਅਟੈਂਸ਼ਨ ਹੁੰਦੀ ਹੈ ਉਹ ਡਾਇਵਰਟ ਹੋ ਜਾਂਦੀ ਹੈ, ਸਾਡਾ ਜਿਹੜਾ ਮਾਇੰਡ ਉਹ ਫਰੀ ਹੋ ਜਾਂਦਾ ਹੈ, ਅਤੇ ਆਪਣੇ ਅਸੀਂ ਪੂਰੇ ਇੰਥੂਜ਼ਿਆਜ਼ਮ ਨਾਲ ਅਸੀਂ ਪਾਰਟੀਸਪੇਟ ਕਰਦੇ ਹਾਂ ਨਾ ਜਦੋਂ, ਅਤੇ ਉਹਦਾ ਸਾਡੇ ਮਾਇੰਡ ਨੂੰ ਅਤੇ ਸਾਡੀ ਬੋਡੀ ਨੂੰ ਉਸ ਚੀਜ਼ ਦਾ ਇੱਕ ਅਲੱਗ ਹੀ ਬੈਨੀਫਿਟ ਮਿਲਦਾ ਜੀ। ਤਾਂ ਤੁਹਾਡੇ ਵੱਲੋਂ ਫਸਟ ਟਾਈਮ ਕਿਸੇ ਆਫਿਸ ਨੂੰ ਇਸ ਤਰੀਕੇ ਚੁਣਿਆ ਗਿਆ ਵਾ ਕੰਪੀਟੀਸ਼ਨ ਕਰਵਾਉਣ ਦੇ ਲਈ? ਦੇਖੋ ਜੀ, ਫਾਸਟਵੇ ਦੀ ਜੇ ਆਪਾਂ ਗੱਲ ਕਰਦੇ ਹਾਂ ਕਿ ਫਾਸਟਵੇ ਸਾਡਾ ਇੰਡੀਆ ਦਾ ਸਭ ਤੋਂ ਵੱਡਾ MSO ਹੈਗਾ, ਅਤੇ ਅਸੀਂ ਇਹ ਈਵੈਂਟ ਕੁਛ ਹੋਰ ਜਗ੍ਹਾ 'ਤੇ ਵੀ ਕਰਾ ਰਹੇ ਹਾਂ ਜੀ, ਅਤੇ ਅਸੀਂ ਇਹ ਈਵੈਂਟ ਪਹਿਲੀ ਵਾਰੀ ਕਰਾ ਰਹੇ ਹਾਂ ਸਪੋਰਟਸ ਵੱਲੋਂ, ਜੇ ਆਪਾਂ ਸਪੋਰਟਸ 18 ਵੱਲੋਂ ਗੱਲ ਕਰਦੇ ਹਾਂ, ਬਟ ਇਨ ਫਿਊਚਰ ਅਸੀਂ ਐਕਸਪੈਕਟ ਕਰ ਰਹੇ ਹਾਂ ਕਿ ਅਸੀਂ ਕੋਲੈਬੋਰੇਸ਼ਨ ਕਰਕੇ ਫਾਸਟਵੇ ਦੇ ਨਾਲ ਅਸੀਂ ਹੋਰ ਵੀ ਜ਼ਿਆਦਾ ਈਵੈਂਟ ਅੱਗੇ ਹੋਰ ਵੱਡੇ ਲੈਵਲ 'ਤੇ ਆਪਾਂ ਕਰਾਂਗੇ। ਗਰਾਊਂਡ ਲੈਵਲ ਦੇ ਉੱਪਰ ਹੋ ਸਕਦੇ? ਬਿਲਕੁਲ ਜੀ, ਗਰਾਊਂਡ ਲੈਵਲ 'ਤੇ ਵੀ ਕਰਾਂਗੇ, ਕਿਉਂਕਿ ਅਸੀਂ ਹੁਣ ਪਹਿਲੀ ਵਾਰੀ ਇਹਨੂੰ ਕਰ ਰਹੇ ਹਾਂ ਅਤੇ ਸਾਡਾ ਐਕਸਪੀਰੀਅੰਸ ਹੈਗਾ, ਸਾਨੂੰ ਲੱਗ ਰਿਹਾ ਕਿ ਕੁਛ ਹੋਰ ਇਹਦੇ ਵਿੱਚ ਆਪਾਂ ਕੁਛ ਐਡ ਔਨ ਹੋਰ ਕਰ ਸਕਦੇ ਹਾਂ, ਉਹ ਸਾਰੀ ਚੀਜ਼ਾਂ ਅਸੀਂ ਡਿਸਕਸ ਕਰਕੇ ਮੈਨੇਜਮੈਂਟ ਦੇ ਨਾਲ, ਅਤੇ ਅਸੀਂ ਹੋਰ ਵੱਡੇ ਲੈਵਲ 'ਤੇ ਇਸ ਚੀਜ਼ ਨੂੰ ਲੈ ਕੇ ਜਾਵਾਂਗੇ। ਜਿਨ੍ਹਾਂ ਨੇ ਪਾਰਟੀਸਪੇਟ ਕੀਤਾ ਉਹਨਾਂ ਦੇ ਲਈ ਕੀ ਕਹਿਣਾ ਚਾਹੋਗੇ ਅਤੇ ਜਿਹੜੇ ਨਹੀਂ ਕਰ ਪਾਏ ਇਸ ਵਾਰ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਦੇਖੋ, ਜਿਹੜੇ ਬੰਦਿਆਂ ਨੇ ਪਾਰਟੀਸਪੇਟ ਕੀਤਾ, ਪਹਿਲੇ ਤਾਂ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਨੇ ਪਾਰਟੀਸਪੇਟ ਕੀਤਾ, ਆਪਣਾ ਕੀਮਤੀ ਟਾਈਮ ਆਫਿਸ ਦੇ ਵਿੱਚੋਂ ਕੱਢ ਕੇ ਇੱਥੇ ਆ ਕੇ ਪਾਰਟੀਸਪੇਟ ਕੀਤਾ, ਅਤੇ ਜਿਹੜੇ ਵਿਨਰਸ ਨੇ ਉਹਨਾਂ ਨੂੰ ਮੈਂ ਵਧਾਈਆਂ ਦੇਣਾ ਚਾਹੂੰਗਾ, ਅਤੇ ਜਿਹੜੇ ਬੰਦੇ ਪਾਰਟੀਸਪੇਟ ਨਹੀਂ ਕਰ ਪਾਏ ਬਿਕੋਜ਼ ਆਫ ਕਿਸੇ ਵੀ ਵਜ੍ਹਾ ਦੇ ਨਾਲ, ਠੀਕ ਹੈ, ਅਸੀਂ ਉਮੀਦ ਕਰਦੇ ਹਾਂ ਕਿ ਅਗਲੀ ਵਾਰੀ ਉਹ ਪਾਰਟੀਸਪੇਟ ਕਰਨ ਅਤੇ ਇਹਨੂੰ ਆਪਾਂ ਹੋਰ ਵਧੀਆ ਤਰੀਕੇ ਨਾਲ ਅਸੀਂ ਅੱਗੇ ਚਲਾ ਸਕੀਏ, ਮਤਲਬ ਕਰਵਾ ਸਕੀਏ। ਹਾਂਜੀ ਸਰ, ਜੋ ਤੁਸੀਂ ਅੱਜ ਫਾਸਟਵੇ ਦੇ ਵਿੱਚ ਕੰਪੀਟੀਸ਼ਨ ਕਰਵਾਇਆ ਜੀ, ਪਹਿਲਾਂ ਤਾਂ ਇਹਦੇ ਬਾਰੇ ਜਾਣਕਾਰੀ ਲੈਣਾ ਚਾਹਾਂਗੇ ਕਿ ਕਿਸ ਤਰੀਕੇ ਜਿਹੜਾ ਤੁਸੀਂ ਰਿਸਪੋਂਸ ਰਿਹਾ ਵਾ ਅਤੇ ਰੀਜ਼ਨ ਕੀ ਸੀ, ਕੀ ਮਕਸਦ ਸੀਗਾ ਇਸ ਕੰਪੀਟੀਸ਼ਨ ਦੇ? ਸਰ, ਸਾਨੂੰ ਸਰ ਦੀ ਕਾਲ ਆਈ ਸੀ ਕਿ ਆਪਾਂ ਇੱਕ ਕੰਪੀਟੀਸ਼ਨ ਕਰਵਾਉਣਾ,
ਆਫਿਸ ਲੈਵਲ ਦੇ ਵਿੱਚ ਜੀ। ਤੇ ਸਰ ਉਹਨੇ ਸਾਨੂੰ ਦੱਸਿਆ ਆਪਾਂ ਇਹਦਾ ਸੈਟਅਪ ਲਾਇਆ, ਯਾਨੀ ਕਿ ਜਿੱਦਾਂ ਓਲੰਪਿਕ ਆ ਰਹੀਆਂ 2020 'ਚ ਵੀ ਹੋ ਕੇ ਗਏ, ਆਪਾਂ ਇਸ ਸਵਾਲ ਜਵਾਬ ਕੀਤੇ ਆ ਲੋਕਾਂ ਦੇ ਨਾਲ, ਸਾਰੇ ਸਟਾਫ ਦੇ ਨਾਲ। ਅਤੇ ਕਾਫੀ ਹੱਦ ਤੱਕ ਲੋਕਾਂ ਨੂੰ ਪਤਾ ਸੀ ਕਿ ਸਾਨੂੰ ਕਿੰਨੇ ਮੈਡਲ ਮਿਲੇ ਆ, ਕਿੰਨੇ ਬਰੌਨ ਆਏ ਆ, ਕਿੰਨੇ ਗੋਲਡ ਆਏ ਆ। ਹੁਣ ਉਹ ਹੋਰ ਵੀ ਆਕਰਸ਼ਿਤ ਹੋਏ, ਪਹਿਲਾਂ ਲੋਕ ਸਾਰੇ ਕ੍ਰਿਕਟ ਜਾਂ ਫੁੱਟਬਾਲ ਵਗੈਰਾ ਨੂੰ ਦੇਖਦੇ ਸੀ, ਹੁਣ ਉਹ ਸਾਰੇ ਓਲੰਪਿਕ ਦੇ ਬਾਰੇ ਆਪਾਂ ਦੱਸਿਆ ਕਿ ਸਾਡਾ ਸਪੋਰਟਸ 18 ਚੈਨਲ ਦੇ ਉੱਤੇ ਸਾਡੇ ਓਲੰਪਿਕ ਦੀਆਂ ਸਾਰੀਆਂ ਗੇਮਾਂ ਆਉਣਗੀਆਂ, ਡਿਟੇਲ ਦਿੱਤੀ ਆ ਕਿ 19 ਤਰੀਕ ਨੂੰ ਆਹ ਮੈਚ ਆ, 19 ਤਰੀਕ ਨੂੰ ਆਹ ਮੈਚ ਆ। ਅਤੇ ਉਸ ਅਕੋਰਡਿੰਗ ਇਹ ਸਾਰੇ ਦੇਖਣਗੇ ਅਤੇ ਇਹਨਾਂ ਨੂੰ ਓਲੰਪਿਕ ਬਾਰੇ ਵੀ ਹੋਰ ਵੀ ਨੌਲੇਜ ਮਿਲੇਗੀ। ਤਾਂ ਆਫਿਸ ਦੇ ਵਿੱਚ ਕਿਸ ਤਰੀਕੇ ਦਾ ਰਿਸਪੋਂਸ ਮਿਲਿਆ ਇੱਥੇ ਜਦੋਂ ਆਏ ਹੋ, ਸਾਨੂੰ ਬਹੁਤ ਖੁਸ਼ੀ ਹੋਈ, ਸਾਨੂੰ ਕੰਮ ਕਰਕੇ ਵੀ ਖੁਦ ਨੂੰ ਮਜ਼ਾ ਆਇਆ ਕਿ ਹਾਂ ਯਾਰ ਸਾਨੂੰ ਜਿੱਦਾਂ ਲੱਗ ਰਿਹਾ ਸੀ ਨਾ ਉਹਦੇ ਓਪੋਜਿਟ ਹੋਇਆ ਕਿ ਬਹੁਤ ਸਾਰੇ ਆਫਿਸ ਦੇ ਪਰਸਨ ਨੇ ਆ ਕੇ ਜੁਆਇਨ ਕੀਤਾ ਸਾਨੂੰ, ਤੇ ਸਾਨੂੰ ਵੀ ਮਜ਼ਾ ਆਇਆ ਇਸ ਚੀਜ਼। ਨੈਕਸਟ ਟਾਈਮ ਦੇ ਲਈ ਕੀ ਸਟੈਪ ਰਹਿਣ ਵਾਲੇ ਆ ਤਾਂ ਕਿ ਆਉਣ ਵਾਲੇ ਸਮੇਂ 'ਚ ਇਸ ਤਰੀਕੇ ਦੇ ਹੋਰ ਉਪਰਾਲੇ ਹੋਣ? ਨਹੀਂ ਸਰ, ਮੈਂ ਤਾਂ ਕਹਿੰਦਾ ਕਿ ਹਰ ਇੱਕ ਆਫਿਸ ਦੇ ਵਿੱਚ ਜਾ ਕੇ ਉਹਨਾਂ ਨੂੰ ਥੋੜ੍ਹਾ ਫ੍ਰੀ ਮਾਈਂਡ ਦੇਣਾ ਚਾਹੀਦਾ ਵਾ, ਕਿਉਂਕਿ ਜਦੋਂ ਆਪਾਂ ਇੱਥੇ ਆਫਿਸ ਲੈਵਲ ਦੇ ਵਿੱਚ ਕਰਦੇ ਹਾਂ ਨਾ, ਜਿੱਦਾਂ ਉਹ ਕੰਮ ਤੋਂ ਬਹੁਤ ਯਾਰ ਪਰੇਸ਼ਾਨ ਹੋ ਜਾਂਦੇ, ਸਟ੍ਰੈਸ ਹੁੰਦਾ ਨਾ, ਅਤੇ ਉਹ ਥੋੜ੍ਹਾ ਜਿਹਾ ਫ੍ਰੀ ਹੋ ਜਾਂਦੇ ਆ। ਖਾਣਾ ਖਾਣ ਤੋਂ ਬਾਅਦ ਥੋੜ੍ਹਾ ਸਾਡੇ ਨਾਲ ਪਾਰਟੀਸਪੇਟ ਕੀਤਾ ਉਹਨਾਂ ਨੇ, ਮਾਈਂਡ ਫਰੈਸ਼ ਹੋ ਗਿਆ, ਕੰਮ 'ਚ ਜਾ ਕੇ ਫਿਰ ਦੁਬਾਰਾ ਮਨ ਉੱਦਾਂ ਹੀ ਲੱਗਦਾ, ਨਹੀਂ ਤਾਂ ਸਿਰ ਸੇਮ ਕੰਮ ਕਰਕੇ ਬੰਦਾ ਥੋੜ੍ਹਾ ਬੋਰ ਹੋ ਹੀ ਜਾਂਦਾ ਸਰ। ਜਦੋਂ ਇੱਥੇ ਕੋਈ ਵੀ ਪਰਸਨ ਆਉਂਦਾ ਸੀਗਾ, ਕੋਈ ਇੰਪਲੋਈ ਆਉਂਦਾ ਸੀਗਾ, ਤਾਂ ਫਿਰ ਉਦੋਂ ਆ ਕੇ ਲੱਗਦਾ ਸੀਗਾ ਕਿ ਹਾਂ ਬੰਦਾ ਦਿਲੋਂ ਪਾਰਟੀਸਪੇਟ ਕਰ ਰਿਹਾ ਸਰ। ਉਹਦੇ ਇਸ ਦੇ ਚਿਹਰੇ ਤੇ ਖੁਸ਼ੀ ਦੇਖ ਕੇ ਸਾਨੂੰ ਆਪਣੇ ਆਪ ਨੂੰ ਖੁਸ਼ੀ ਹੁੰਦੀ ਕਿ ਯਾਰ ਬੰਦਾ ਉੱਠ ਕੇ ਖੁਦ ਆਇਆ ਸਾਡੇ ਕੋਲ ਪਾਰਟੀਸਪੇਟ ਕਰਨ, ਕਿਉਂਕਿ ਆਫਿਸ ਲੈਵਲ 'ਚ ਪਹਿਲੀ ਵਾਰੀ ਇਹ ਚੀਜ਼ਾਂ ਹੋ ਰਹੀਆਂ ਨਾ, ਤਾਂ ਕਰਕੇ ਉਹਨਾਂ ਨੂੰ ਵੀ ਦੇਖ ਕੇ ਸਭ ਕੁਝ ਵਧੀਆ ਲੱਗਦਾ ਕਿ ਯਾਰ ਅਸੀਂ ਕਰੀਏ ਆ ਕੇ ਇੱਥੇ। ਪ੍ਰਾਈਜ਼ ਵਗੈਰਾ ਵੀ ਦਿੱਤੇ ਗਏ? ਬਿਲਕੁਲ ਸਰ, ਬਿਲਕੁਲ, ਹਰ ਇੱਕ ਜੋ ਵਿਨਰ ਸੀ ਉਹਨੂੰ ਵੀ ਪ੍ਰਾਈਜ਼ ਦਿੱਤਾ, ਜਿਹਨੇ ਪਾਰਟੀਸਪੇਟ ਕੀਤਾ ਆਪਾਂ ਉਹਨੂੰ ਵੀ ਪ੍ਰਾਈਜ਼ ਦਿੱਤਾ ਸਰ।